ਅਤੇ ਅੱਜ ਮੈਂ ਜਾਣਾ ਸੀਗਾ ਆਪਣਾ ਪੇਪਰ ਦੇਣ ਯੂਨੀਵਰਸਿਟੀ ਵਿੱਚ, ਅਤੇ ਬਾਹਰ ਮੌਸਮ ਜਿਹੜਾ ਸੀਗਾ ਬਹੁਤ ਖਰਾਬ ਸੀ, ਇਸ ਲਈ ਮੈਂ ਬਾਈਕ ਨਹੀਂ ਲੈ ਕੇ ਗਿਆ। ਅਦਰਵਾਈਜ਼ ਮੈਂ ਬਾਈਕ 'ਤੇ ਜਾਣ ਦਾ ਪਲੈਨ ਸੀਗਾ। ਸੋ ਜਿਹੜਾ ਬਾਹਰ ਬਾਰਿਸ਼ ਵਾਲਾ ਮੌਸਮ ਸੀਗਾ ਅਤੇ ਜਿਹੜੀ ਹਨੇਰੀ ਹੈ ਉਹ ਬਹੁਤ ਚੱਲ ਰਹੀ ਸੀਗੀ। ਆਹ ਦੇਖੋ ਤੁਸੀਂ ਕਿਵੇਂ ਝੰਡੀਆਂ ਹਿੱਲ ਰਹੀਆਂ ਨੇ। ਸੋ ਇਸ ਕਰਕੇ ਮੈਂ ਬੱਸ 'ਤੇ ਜਾਣਾ ਸਹੀ ਲੱਗਿਆ, ਇਸ ਲਈ ਫਿਰ ਮੈਂ ਬੱਸ 'ਤੇ ਗਿਆ। ਸੋ ਇਸ ਤੋਂ ਬਾਅਦ ਮੈਂ ਯੂਨੀਵਰਸਿਟੀ ਪਹੁੰਚ ਗਿਆ। ਆਹ ਰਾਈਟ ਹੈਂਡ ਸਾਈਡ ਸੀਗੀ ਸਾਡੀ ਯੂਨੀਵਰਸਿਟੀ ਪਾਰਕਿੰਗ, ਐਂਡ ਸਾਹਮਣੇ ਇੱਕ ਓਂਕਾਰ ਲਿਖਿਆ ਹੋਇਆ ਸੀਗਾ। ਇੱਧਰੋਂ ਗੋਬਿੰਦਗੜ੍ਹ ਤੋਂ ਮੇਰੇ ਦੋਸਤਾਂ ਦੀ ਬੱਸ ਆ ਚੁੱਕੀ ਸੀਗੀ, ਅਤੇ ਮੈਂ ਵੇਟ ਕਰ ਰਿਹਾ ਸੀ ਕਿ ਕਦੋਂ ਇਹ ਉਤਰਨ ਅਤੇ ਮੈਂ ਵੀਡੀਓ ਸ਼ੁਰੂ ਕਰਾਂ। ਪਹੁੰਚ ਚੁੱਕੇ ਯੂਨੀਵਰਸਿਟੀ, ਸੋ ਵੈਲਕਮ ਬੈਕ ਟੂ ਅਨਦਰ ਵਲੌਗ। ਅਤੇ ਨਾਲ ਮੇਰੇ ਪਹੁੰਚ ਚੁੱਕੇ ਨੇ ਪ੍ਰਦੀਪ ਅਤੇ ਵਿਸ਼ਾਲ ਆ ਸੀਗੇ। ਸੋ ਹੁਣ ਅੱਜ ਸਾਡਾ ਪੇਪਰ ਹੈ ਅਤੇ ਤਿਆਰੀ ਲੈਣਾ, ਸੋ ਤਿਆਰੀ ਕਰੀਏ ਥੋੜ੍ਹੀ ਬਹੁਤ। ਹੁਣ ਐਂਟਰੈਂਸ ਤੋਂ ਬਾਅਦ ਮਿਲਦੇ ਹਾਂ। ਸੋ ਅਸੀਂ ਅੰਦਰ ਆ ਚੁੱਕੇ ਹਾਂ ਅਤੇ ਜਿਹੜਾ ਸਿਟਿੰਗ ਅਰੇਂਜਮੈਂਟ ਆ ਉਹ ਸਾਡਾ ਚੇਂਜ ਹੋ ਚੁੱਕਿਆ। ਪਹਿਲਾਂ ਅਸੀਂ ਆਖਰੀ ਬਿਲਡਿੰਗ 'ਚ ਪੇਪਰ ਦੇ ਰਹੇ ਸੀਗੇ ਅਤੇ ਹੁਣ ਇੰਜੀਨੀਅਰਿੰਗ ਬਿਲਡਿੰਗ 'ਚ ਸਾਨੂੰ ਮੈਸੇਜ ਆਇਆ ਸੀਗਾ ਵਟਸਐਪ 'ਤੇ। ਤੈਨੂੰ ਐਸ ਮੈਨੂੰ ਨਹੀਂ ਆਇਆ ਕਿਉਂਕਿ ਮੈਂ ਮੈਸੇਜ ਪੜ੍ਹਦਾ ਹੀ ਨਹੀਂ ਹੈਗਾ। ਸੋ ਹੁਣ ਫਟਾਫਟ ਅਸੀਂ ਸਿਟਿੰਗ ਪਲਾਨ ਦੇਖ ਲਈਏ ਜੇ ਲਗਾਇਆ ਹੋਇਆ ਤਾਂ। ਸੋ ਇਹ ਦੋਨੇ ਜਾਣੇ ਸਿਟਿੰਗ ਅਰੇਂਜਮੈਂਟ ਦੇਖ ਰਹੇ ਸੀਗੇ ਅਤੇ ਮੈਂ ਬਣਾ ਰਿਹਾ ਸੀਗਾ ਉਦੋਂ ਵੀਡੀਓ। ਅਤੇ ਸਿਟਿੰਗ ਅਰੇਂਜਮੈਂਟ ਅਸੀਂ ਦੇਖ ਲਿਆ ਅਤੇ ਹੁਣ ਪ੍ਰਦੀਪ ਮੈਨੂੰ ਪੜ੍ਹਾਊਗਾ ਥੋੜ੍ਹਾ ਬਹੁਤ ਜਿਹੜਾ ਯਾਦ ਕਰਕੇ। ਹਾਂ ਮੈਂ ਤਾਂ ਆਪ ਨਹੀਂ ਪੜ੍ਹ ਕੇ ਆਇਆ ਹੈਗਾ, ਕੋਈ ਨਹੀਂ ਅਸੀਂ ਪੜ੍ਹਦੇ ਹਾਂ ਹੁਣ ਥੋੜ੍ਹਾ ਜਿਹਾ। ਫਿਰ ਸਾਨੂੰ ਪਹਿਲੇ ਡੈਸਕ 'ਤੇ ਬਿਠਾ ਦਿੱਤਾ ਗਿਆ ਹੈ ਅਤੇ ਜਿੱਥੇ ਸਭ ਤੋਂ ਔਸਮ ਫੀਲਿੰਗ ਆਉਂਦੀ ਹੈ ਕਿਉਂਕਿ ਉੱਥੋਂ ਦਿਖਦੀਆਂ ਨਹੀਂ ਹੈਗੀਆਂ। ਸੋ ਐਗਜ਼ਾਮ ਸਾਡਾ ਹੋ ਚੁੱਕਿਆ ਅਤੇ ਵਿਸ਼ਾਲ ਮੇਰੇ ਨਾਲ ਹੈ ਅਤੇ ਪ੍ਰਦੀਪ ਖਫਾ ਹੋ ਗਿਆ ਸਾਡੇ ਤੋਂ, ਅਤੇ ਹੁਣ ਅਸੀਂ ਵਾਪਸ ਜਾ ਰਹੇ ਹਾਂ ਘਰ ਨੂੰ ਅਤੇ ਮਿਲਦੇ ਹਾਂ ਘਰ ਜਾ ਕੇ। ਅਤੇ ਮੈਂ ਘਰ ਪਹੁੰਚ ਚੁੱਕਿਆ ਸੀਗਾ ਅਤੇ ਘਰ ਆ ਕੇ ਦੇਖਿਆ ਅਤੇ ਮੰਮੀ ਹੋਣੀ ਗਏ ਨੇ ਵਿਆਹ 'ਤੇ। ਸੋ ਮੈਰਿਜ ਸੀ ਕਿਸੇ ਦੀ, ਸੋ ਮੈਂ ਤੁਹਾਨੂੰ ਬਾਅਦ ਵਿੱਚ ਆਉਣ ਵਾਲੀ ਵੀਡੀਓ 'ਚ ਦੱਸਾਂਗਾ ਕਿਸ ਦੀ ਮੈਰਿਜ ਸੀ। ਸੋ ਘਰੇ ਮੈਂ ਦੇਖਿਆ, ਘਰੇ ਮੇਰੇ ਭਾਈ ਨੇ ਚਾਹ ਬਣਾਈ ਹੋਈ ਸੀਗੀ। ਸੋ ਚਾਹ ਪੀ ਕੇ ਹੁਣ ਥੋੜ੍ਹਾ ਰਿਲੈਕਸ ਫੀਲ ਕਰ ਰਿਹਾ। ਅਤੇ ਬਾਕੀ ਅੱਜ ਦਾ ਦਿਨ ਬਹੁਤ ਹੀ ਵਧੀਆ ਗਿਆ ਕਿਉਂਕਿ ਪੇਪਰ ਬਹੁਤ ਘੈਂਟ ਹੋਇਆ, ਕਿਉਂਕਿ ਜਿਹੜਾ ਪੜ੍ਹ ਕੇ ਗਏ ਉਹੀ ਆਇਆ। ਅਤੇ ਬਾਕੀ ਮੌਸਮ ਘੈਂਟ ਸੀਗਾ ਸਵੇਰੇ, ਬਟ ਉਸ ਤੋਂ ਬਾਅਦ ਥੋੜ੍ਹੀ ਗਰਮੀ ਹੋ ਗਈ, ਠੀਕ ਹੈ। ਅਤੇ ਬਸ ਅੱਜ ਵਾਸਤੇ ਇੰਨਾ ਕੋਈ। ਆਈ ਹੋਪ ਕਿ ਤੁਸੀਂ ਇੰਜੋਏ ਕੀਤਾ ਹੋਵੇ ਵੀਡੀਓ ਨੂੰ, ਅਤੇ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਤੋਂ ਹੋਰ ਜ਼ਿਆਦਾ ਐਂਟਰਟੇਨ ਕਰਾਂ ਤੁਹਾਨੂੰ। ਸੋ ਮਿਲਦੇ ਹਾਂ ਨੈਕਸਟ ਵਲੌਗ 'ਚ। ਆਪਣਾ ਖਿਆਲ ਰੱਖਿਓ, ਕਰੋ ਲਾਈਕ, ਕਰੋ ਸ਼ੇਅਰ, ਕਰੋ ਸ਼ੇਅਰ, ਕਰੋ ਸਬਸਕ੍ਰਾਈਬ ਕਰੋ।